ਕਿ ਪਹਿਲਾਂ ਹੀ ਦੋ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੀ ਭੇਟ ਚੜ ਚੁੱਕੇ ਨੇ ਦੋਵੇਂ ਸਕੇ ਭਰਾ ਨੇ ਕੀ ਕਹਿਣਾ ਚਾਹੁੰਦੇ ਤੇ ਨੌਜਵਾਨ ਨੂੰ ਪ੍ਰੇਰਿਤ ਕਿੱਦਾਂ ਕਰੋਗੇ ਸੰਘਰਸ਼ ਦੀ ਗੱਲ ਵੀ ਤੁਸੀਂ ਕਰਦੇ ਹੋ ਗੁਰਭਾਈ ਲਹਿਰ ਤੁਸੀਂ ਚਲਾਈ ਸੀ ਕਿ ਇਸ ਤਰੀਕੇ ਨਾਲ ਸਮਾਗਮਾਂ ਦੇ ਵਿੱਚ ਜਾ ਕੇ ਪ੍ਰੇਰਿਤ ਕਰੋਗੇ ਜਾਂ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਘਰਾਂ ਦੇ ਵਿੱਚ ਜਾ ਕੇ ਨੌਜਵਾਨ ਨੂੰ ਪ੍ਰੇਰਿਤ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਤੇ ਜਿਹੜਾ ਹਾਲਾਤ ਹੈ ਪੰਜਾਬ ਦੇ ਉੱਪਰ ਤੱਕ ਹੋ ਜਾਂਦੇ ਇਸ ਘਰ ਤੋਂ ਕਿ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਇੱਕ ਘਰ ਦੇ ਦੋ ਨੌਜਵਾਨ ਇੱਕ ਪਹਿਲਾਂ ਨਸ਼ੇ ਨਾਲ ਪੂਰਾ ਹੁੰਦਾ ਅਤੇ ਇੱਕ ਉਹਦੇ ਭੋਗ ਤੋਂ ਪਹਿਲਾਂ ਉਹ ਵੀ ਪੂਰਾ ਹੋ ਜਾਂਦਾ ਤੁਸੀਂ ਇਹਨਾਂ ਮਾਪਿਆਂ ਦੀ ਹਾਲਤ ਦੇਖੋ ਸੋ ਹਕੂਮਤਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਅਸੀਂ ਦਾਅਵੇ ਕਰਦੇ ਫਿਰਦੇ ਹਾਂ ਵੱਡੇ ਵੱਡੇ ਪੰਜਾਬ ਦੇ ਵਿੱਚ ਮੈਂ ਨੌਜਵਾਨਾਂ ਨੂੰ ਭੜਕਾ ਰਿਹਾ ਇਹ ਜਿਹੜੇ ਨੌਜਵਾਨ ਘਰਾਂ 'ਚ ਕਰਦੇ ਘਰਾਂ ਦੇ ਘਰ ਖਾਲੀ ਹੋ ਗਏ ਨੇ ਆ ਛੋਟਾ ਜਿਹਾ ਉਹਦਾ ਪੁੱਤਰ ਹੈ ਇੱਕ ਧੀ ਹੈ ਹੁਣ ਇਹ ਹਕੂਮਤਾਂ ਨੂੰ ਪੁੱਛਣਾ ਚਾਹੀਦਾ ਵੀ ਨਸ਼ਾ ਜਿਹੜਾ ਵਿਕ ਰਿਹਾ ਜੇ ਤਾਂ ਤੁਹਾਡੇ ਵੱਸ ਦੀ ਗੱਲ ਨਹੀਂ ਇਹਨੂੰ ਬੰਦ ਕਰਨਾ ਫਿਰ ਅਸੀਂ ਤਾਂ ਕਰਾਵਾਂਗੇ ਪਰ ਫਿਰ ਤੁਸੀਂ ਚੀਕਾਂ ਨਾ ਮਾਰਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਕਰਾ ਰਹੇ ਜੋ ਕਿਵੇਂ ਕਰੋਗੇ ਮੈਂ ਜਦੋਂ ਪਿੰਡਾਂ 'ਚ ਜਾਂਦਾ ਨੌਜਵਾਨਾਂ ਨੂੰ ਅਪੀਲ ਕਰਨਾ ਅੱਜ ਕਿ ਇਹ ਘਰ ਦੀ ਹਾਲਾਤ ਤੁਸੀਂ ਵੇਖੋ ਜਿਹੜਾ ਨਸ਼ਾ ਹੈ ਉਹ ਬੰਦੇ ਨੂੰ ਹੋਸ਼ੋ ਹਵਾਸ ਭੁਲਾ ਦਿੰਦਾ ਵੀ ਮੇਰਾ ਫਾਇਦਾ ਕੀ ਨਫਾ ਕੀ ਨੁਕਸਾਨ ਕੀ ਹੈ ਪਰ ਆਪਣੇ ਮਾਂ ਪਿਓ ਵੱਲ ਝਾਤੀ ਮਾਰੋ ਆਪਣੀ ਕੌਮ ਵੱਲ ਝਾਤੀ ਮਾਰੋ ਵੀ ਸਾਡੇ ਮਾਂ ਪਿਓ ਸਾਡੇ ਧੀਆਂ ਪੁੱਤ ਕਿਹੜੇ ਹਾਲਾਤਾਂ 'ਚ ਗੁਜ਼ਰਨਗੇ ਬਾਅਦ 'ਚ ਅਤੇ ਸਾਡੀ ਕੌਮ ਜੇ ਹੁਣ ਜਵਾਨ ਨੌਜਵਾਨ ਨਹੀਂ ਰਹੇ ਤਾਂ ਸੰਘਰਸ਼ ਕਰਨਾ ਕਰਨਾ ਆਪਣੇ ਹੱਕਾਂ ਦੀ ਗੱਲ ਤਾਂ ਕਰਾਂਗੇ ਜੋ ਕਿ ਜਵਾਨੀ ਬਚੂਗੀ ਸੋ ਨੌਜਵਾਨੋਂ ਇਸ ਗੱਲ ਦੇ ਉੱਤੇ ਤਹੱਈਆ ਕਰੋ ਕਿ ਇਹ ਛੱਡਿਆ ਤੰਗੀ ਤਾਂ ਤੁਹਾਨੂੰ ਆਉਣੀ ਹੈ ਪਰ ਘੱਟੋ ਘੱਟ ਆਪਣਾ ਨਿਸ਼ਚਾ ਕਰੋ ਮੰਨ ਕੇ ਆਪਣੇ ਇਹਨਾਂ ਮਾਂ ਪਿਓ ਵੱਲ ਵੇਖੋ ਵੀ ਇਹ ਇਹਨਾਂ ਦਾ ਕੀ ਜੀਵਨ ਹੈ ਮਤਲਬ ਸੋ ਸਾਰਿਆਂ ਦਾ ਹੀ ਇੱਦਾਂ ਜਿਹੜੇ ਕਰ ਰਹੇ ਉਹਨਾਂ ਦੀ ਸਗੋਂ ਜ਼ਿਆਦਾ ਮਾੜੀ ਹਾਲਤ ਹੈ ਉਹਨਾਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ ਕੁੱਟਮਾਰ ਪੈਸਿਆਂ ਨੂੰ ਖੋਣਾ ਅਤੇ ਬਾਹਰ ਜਾ ਕੇ ਲੁੱਟਾਂ ਕਰਨੀਆਂ ਇਹ ਸਭ ਕੁਛ ਨਸ਼ੇ 'ਚ ਫਸੇ ਹੋਏ ਨੌਜਵਾਨ ਕਰਦੇ ਨੇ ਉਹਨਾਂ ਨੂੰ ਅਪੀਲ ਹੈ ਬੜੀ ਨਿਮਰਤਾ ਸਿਆਂ ਤੋਂ ਬੇਨਤੀ ਹੈ ਅਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਮੁੜੋ ਘਰਾਂ ਨੂੰ ਅਤੇ ਗੁਰੂ ਦੇ ਇੱਕ ਸਿੱਖ ਬਣ ਕੇ ਜਿਹੜੀ ਆਪਾਂ ਗੁਰਭਾਈ ਲਹਿਰ ਚਲਾਈ ਹੈ ਉਹਦਾ ਵੀ ਅਰਥ ਇਹੀ ਮਹਿਮਦਾ ਕਿ ਆਪਾਂ ਸਾਰੇ ਇੱਕ ਦੂਜੇ ਦੇ ਭਰਾ ਹਾਂ ਅਤੇ ਭਰਾ ਆਪਾਂ ਬਣਨਾ ਤਾਂ ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣੀਏ ਤੇ ਇਹਨਾਂ ਮਾਂ ਪਿਓ ਦੀ ਜ਼ਿੰਦਗੀ ਵੀ ਸੌਖੀ ਹੋਵੇ ਨਾ ਨਸ਼ੇ ਪੱਤੇ ਕਰੀਏ ਅਤੇ ਧੀਆਂ ਭੈਣਾਂ ਨੂੰ ਵੀ ਬੇਨਤੀ ਹੈ ਜਿਹੜੀਆਂ ਆਪਣੀਆਂ ਬੀਬੀਆਂ ਨੇ ਤੁਸੀਂ ਆਪਣੇ ਭਰਾਵਾਂ ਨੂੰ ਆਪਣੇ ਘਰ ਵਾਲਿਆਂ ਨੂੰ ਪ੍ਰੇਰਿਤ ਕਰੋ ਵੀ ਉਹ ਖੰਡੇ ਬਾਟੇ ਦੀ ਪਹੁੰਚ ਸਕਣ ਇਹ ਕਿਸੇ ਨੂੰ ਟੋਕਣਾ ਨਹੀਂ ਕਈ ਮੈਂ ਸੁਣਿਆ ਕਈਆਂ ਘਰਾਂ ਦੇ ਵਿੱਚ ਬੀਬੀਆਂ ਆਪ ਕਹਿੰਦੀਆਂ ਵੀ ਨਹੀਂ ਤੁਸੀਂ ਇਹ ਕੰਮ 'ਤੇ ਨਹੀਂ ਤੁਰਨਾ ਸੋ ਹੁਣ ਆਹ ਕੰਮ 'ਤੇ ਚੰਗਾ ਨਹੀਂ ਨਾ ਜਿਹੜਾ ਹੋਇਆ ਜਿਹੜਾ ਵਾਪਰ ਗਿਆ Subscribe to One India channel and never miss an update.